ਫੱਟ ਸ਼੍ਰੀ ਕਾਲਸਰ ਨੂੰ ਸੋਗ ਤਾਂ ਗੱਲਾਂ ਬੱਦਦੇ ਰੂੰ ਮਾਂਚਿਕ ਮਹਿਕਪ੍ਰੀਤ ਤੇ ਬਾਵੀ ਦੀ ਮਿਸਿਸ ਬਾਵੀ ਦੀ ਫਾਈਟ ਦੀ ਸੀਰੀਜ਼ ਦੇ ਵਿੱਚ ਮਹਿਕਪ੍ਰੀਤ ਜਦੋਂ ਤੂੰ ਆਖਿਆ ਕਿ ਮੈਂ ਨਹੀਂ ਬੋਲਣ ਯੋਗ ਹੈਗੀ ਹੈ ਨਾ ਮੇਰਾ ਨਹੀਂ ਕੋਈ ਲੈਣ ਦੇਣ ਹੈਗਾ ਮੈਂ ਕਿਉਂ ਬੋਲਾਂ ਨਾ ਟੇਣਾ ਮੈਨੂੰ ਡਰੈਸ ਦਿਓ ਮੈਂ ਗੱਲ ਨਿਬੇੜਾ ਜਾ ਕੇ ਤੇ ਫਿਰ ਅੰਨੀ ਦੀ ਹੁਣ ਤੂੰ ਰਿਪਲਾਈ ਕਿਉਂ ਕਰੀ ਜੰਨੀ ਹੈ ਇੰਨੀ ਛੇਤੀ ਤਾਂ ਜ਼ਿੰਦਗੀ 'ਚ ਮੇਰਾ ਕਦੇ ਰਵੰਚਕ ਨਹੀਂ ਆਇਆ ਜਿੰਨੀ ਛੇਤੀ ਤੂੰ ਰਿਪਲਾਈ ਕਰ ਦਿੰਨੀ ਆ ਬਸ ਜੋ ਟਾਈਮ ਲੱਗਦਾ ਸਿਰਫ ਤੈਨੂੰ ਤਿਆਰ ਹੋਣ ਤੇ ਲੱਗਦਾ ਹੈ ਲੜਦੀ ਰਹਿੰਦੀ ਸਭ ਨਾਲ ਹੁਣ ਤਾਂ ਟਿਕ ਜਾ ਆਪਣੇ ਘਰ ਤੂੰ ਬਾਵੀਏ ਬਲੌਗਿੰਗ ਟ੍ਰੈਂਡਿੰਗ ਵਲੌਗ ਵਲੌਗ ਜੋ ਕੁਛ ਵੀ ਹੈ ਮਹਿੰਦੀ ਕੀ ਪਾ ਆਏ ਹਾਏ ਜੀ ਸਰ ਜਾਨੀ ਕੀ ਅੱਜ ਫੇਰ ਤੂੰ ਬੋਲ ਵੱਡੇ ਘਰੇ ਆਈਆਂ ਇਹ ਪੱਕਾ ਦੀਪਿਕਾ ਪਾਦਕੋਨ ਬਣੂਗੀ ਵੱਡੀ ਹੋ ਕੇ ਮੰਮਾ ਮੈਂ ਜਾਉਂਗੀ ਬੰਬੇ ਤੂੰ ਰਹਿਣਾ ਯਹਾਂ ਬੋਬੀ ਕੇ ਸਾਥ ਵਹਾਂ ਸੇ ਭੇਜੂੰਗੀ ਪੈਸਾ ਆ ਗਈ ਨਕਲੀ ਬੁੱਲਪ੍ਰੀਤ ਜੀ ਬਣੀ ਖੜੀ ਹੈ ਹਲੋ ਤੁਹਾ ਨਜ਼ਰ ਆ ਰਿਹਾ ਜਮੈਂ ਚਲੋ ਹਾਂ ਸਵਾਗਤ ਆ ਮੈਕਦੇ ਚੈਨਲ ਵਿੱਚ ਅੱਜ ਆਪਾਂ ਇੱਕ ਬਾਰੀ ਦੀ ਨਵੀਂ ਵੀਡੀਓ ਦੇ ਬੰਦੇ ਨੂੰ ਸ਼ਰਮ ਨਾ ਆਵੇ ਕਿ ਤੈਨੂੰ ਜਦੋਂ ਆਖਦਾ ਤੇਰਾ ਕੈਂਚ ਨਹੀਂ ਹੁੰਦਾ ਕੈਂਟ ਹੁੰਦਾ ਤੇ ਤੂੰ ਅੰਟੀ ਜੀ ਸਤਿ ਸ਼੍ਰੀ ਅਕਾਲ ਮਹਿਕਪ੍ਰੀਤ ਦੀ ਮੰਮੀ ਨੂੰ ਕਹਿਣਾ ਪਿਆ ਮੈਂ ਸਤਿ ਸ਼੍ਰੀ ਅਕਾਲ ਅੰਟੀ ਜੀ ਤੁਹਾਡੀ ਕੁੜੀ 'ਚ ਕੋਈ ਪ੍ਰੋਬਲਮ ਹੈ ਕੀ ਇਹਨੂੰ ਬੂੰਦਾ ਘਟਵਲੀਆ ਸੀ ਪੋਲੀ ਦੀਆਂ ਕੀ ਚੱਕਰ ਹੈ ਕਿੰਚ ਕਿਉਂ ਬੋਲਦੀ ਹੈ ਕਿ ਇਹਦੀ ਜੀਬ ਅੱਧੀ ਜੰਮੀ ਸੀ ਜਦੋਂ ਉਦੋਂ ਹੀ ਹੈਣੀ ਸੀ ਜਮੰਦਰੀ ਜੀਬ ਹੈਣੀ ਹੈ ਇਹਦੀ ਅੱਧੀ ਮਤਲਬ ਕਿ ਕਿ ਸੰਗੜਾ ਕਾਹ ਗਿਆ ਪੈਦਾ ਕੋਈ ਤਾਂ ਪ੍ਰੋਬਲਮ ਹੋਊਗੀ ਮੈਨੂੰ ਪਤਾ ਆਂਟੀ ਤੁਸੀਂ ਮੇਰੇ ਰਮਾਂਚਿਕ ਵੇਖਦੇ ਹੋ ਮੈਨੂੰ ਕੱਲ ਖਬਰ ਮਿਲੀ ਕਿ ਮਹਿਕਪ੍ਰੀਤ ਮੰਮੀ ਦੇ ਡਿਜ਼ਾਈਨ ਪਾਉਂਦੀ ਆਂਟੀ ਮੇਰਾ ਹੈੱਡਫੋਨ ਲਾ ਕੇ ਰਮਾਂਚਿਕ ਵੇਖਦੀ ਮਹਿਕਪ੍ਰੀਤ ਦੀ ਮੰਮੀ ਮੈਂ ਕਹਾ ਆਂਟੀ ਤੁਹਾਨੂੰ ਦੱਸਦਾ ਗੁੱਸਾਗਾ ਚੱਕਰ ਚੱਕਰ ਤਾਂ ਨਹੀਂ ਆਂਦਾ ਚੱਕਰ ਆਂਦਾ ਹੈ ਦੱਸ ਦਿਓ ਆਂਟੀ ਅਸੀਂ ਤੁਹਾਡੀ ਬੇਇੱਜ਼ਤੀ ਬੰਦ ਕਰ ਦਾਂਗੇ ਓ ਸੌਰੀ ਮਹਿਕਪ੍ਰੀਤ ਦੀ ਦੋ ਦਿਨ ਨਾ ਕਰਾਂਗੇ ਹੁਣ ਸਾਨੂੰ ਕਿਸੇ ਟੱਬਰ ਨਾਲ ਥੋੜੀ ਜਿਹੀ ਵੀ ਬਾਕੀ ਯਾਰ ਖਰਾਬ ਹੀ ਕਰਨਾ ਕਿਸਨੂੰ ਬਹੁਤ ਬੋਲਿਆ ਇਹ ਇਨਸਾਨ ਮੈਨੂੰ ਮੇਰੇ ਮੰਮ ਸਮਝਾਓ ਇਹਨੂੰ ਕੁਛ ਹੋਰੀ ਕਿੰਚ ਕਿੰਚ ਕਰਦੀ ਹੈ ਇਹ ਨਕਲੀ ਬਲਬ ਬਣਾਉਂਦੀ ਆਂ ਟੀ ਇਹ ਅੱਜ ਮੈਂ ਸਵੇਰ ਸਵੇਰ ਉੱਠ ਕੇ ਆਪਣੀ ਕੂਪ ਖੋਲਿਆ ਤਾਂ ਜਦੋਂ ਦੇਖਿਆ ਚਸ਼ਮੇਸ਼ ਮੇਰੇ ਮਤ ਤੁਸੀਂ ਨਾ ਕੁਛ ਨਹੀਂ ਕਰਨਾ ਹੈ ਤੇ ਬਲਬ ਵੇਖਣੇ ਆ ਪਹਿਲਾਂ ਤੁਸੀਂ ਮੇਰੇ ਬਲ ਵੇਖਣੇ ਬਾਅਦ ਚ ਇਹਦੇ ਬਲ ਵੇਖਣੇ ਇੱਕ ਮਿੰਟ ਰੁਕੋ ਮੁੱਛਾ ਪਰੇ ਕਰ ਲਾ ਕਿ ਜਦੋਂ ਮੈਂ ਸਵੇਰ ਸਵੇਰ ਉੱਠ ਕੇ ਵੇਖਿਆ ਬਾਵੀ ਨੇ ਮੈਨੂੰ ਕੀਤਾ ਹੋਇਆ ਸਿਰਪਲਾ ਚਲੋ ਹੁਣ ਵੇਖੋ ਜਦੋਂ ਦੇਖਿਆ ਚਸ਼ਮੇਸ਼ ਮੇਰੇ ਮੱਥੇ ਲੱਗੀ ਠੀਕ ਆ ਜਿਹਦੇ ਕਰਕੇ ਮੇਰਾ ਪੂਰਾ ਦਿਨ ਖਰਾਬ ਹੋ ਜਾਏਗਾ ਠੀਕ ਆ ਹਾਂ ਪੂਰਾ ਤੇ ਆਪਾਂ ਸਾਥ ਕੋ ਲੱਗੇ ਜਾਣਾ ਯਾਰ ਇੰਨਾ ਵੱਡਾ ਦੇ ਨਾ ਮਸਾ ਮਾਲਕ ਬਣ ਨਹੀਂ ਦਿੱਤਾ ਪਵਦੀ ਲੱਗ ਦਿਨ ਹੀ ਤੈਨੂੰ ਰੱਬ ਨੇ ਜ਼ਿੰਦਗੀ ਵੀ ਦਿੱਤੀ ਐ ਤੂੰ ਉਹਨੂੰ ਵਧੀਆ ਤਰੀਕੇ ਨਾਲ ਇੰਜੋਏ ਨਹੀਂ ਕਰਦੀ ਭਈ ਤੂੰ ਪਾਗਲ ਹੋਈ ਪਈ ਐ ਤੈਨੂੰ ਪਤਾ ਕਲੇਸ਼ ਨਾਲ ਕੰਮ ਚੱਲਣਾ ਐ ਜਾਣਾ ਖੁਸ਼ੀ-ਖੁਸ਼ੀ ਆਪਾਂ ਨਹੀਂ ਇੱਥੇ ਤੈਨੂੰ ਇੰਨੀਆਂ ਗਾਲਾਂ ਕੱਢ ਗਈ ਤੂੰ ਜਾ ਉਹਦੇ ਘਰ ਜਾ ਕੇ ਦੋ ਇੱਟਾਂ ਮਾਰ ਕੇ ਵਾਪਸ ਆ ਜਾ ਹਾਂ ਮੈਂ ਨੜ ਤੇ ਲੜਾਈ ਕਰਨ ਲੱਗੀ ਆ ਮੈਂ ਨਹੀਂ ਇਹ ਨਹੀਂ ਕਰ ਸਕਦਾ ਗੱਲ ਨੂੰ ਜਿੰਨਾ ਤੂੰ ਜਰ ਗਈ ਚਲੋ ਨੈਕਸਟ ਜੌਰੀਆਂ ਗੱਲਾਂ ਨਾ ਕੱਢਦੇ ਤੇ ਵੀਡੀਓ ਕਰਦੇ ਅਗੇ ਸਟਾਰਟ ਹੋ ਮੈਂ ਪੂਰੀ ਪਹਿਲਾਂ ਤਾਂ ਵੀਡੀਓ ਦੇਖੀ ਸੀ ਇਹ ਐਨੀ ਮੈਨੂੰ ਬੋਲਿਆ ਕੀ ਠੀਕ ਆ ਜਿਵੇਂ ਕਿ ਸਭ ਨੂੰ ਪਤਾ ਹੈ ਕੀ ਪਤਾ ਹੈ ਇਹ ਚਨਨੀ ਨਾਲ ਇਹ ਦੂ ਇੱਕ ਮਿੰਟ ਪਹਿਲਾਂ ਤੁਸੀਂ ਲਾ ਲੋ ਇਹ ਜਨਨੀ ਨਾਲ ਮੇਰਾ ਇਹ ਦੂ ਇੱਕ ਮਿੰਟ ਪਹਿਲਾਂ ਤੁਸੀਂ ਲਾ ਲੋ ਤੇਰੇ ਪਹਿਲਾਂ ਬੋਲੀ ਖਰਾਬ ਸੀ ਹੁਣ ਤੇਰੇ ਬੁੱਲ ਖਰਾਬ ਹੈ। ਕਈ ਵਾਰੀ ਆਪਾਂ ਨੂੰ ਕਿਸੇ ਚੀਜ਼ ਤੇ ਖੇਜ ਆਉਂਦੀ ਹੁੰਦੀ ਹੈ। ਹੁਣ ਮੰਨ ਲਓ ਐ ਬੈਠਾ ਰਮਾਂਚੀ ਬਣਾਵਾ ਲੋਕਾਂ ਨੂੰ ਗੁੱਸਾ ਚੜੂਗਾ ਨਾ ਮੇਰੇ ਤੇ ਵੀ ਕੀ ਲੱਛਣ ਖਵਾ ਦੇਣ ਚੰਗਾ ਭਲਾ ਹੋ ਗਏ ਤੂੰ। ਜਾਂ ਤਾਂ ਕੋਈ ਜਮਾਂਦਰ ਉਹ ਪੁੱਲਾ ਲਾਉਂ ਮੈਂ ਫਿਰ ਮੰਨੀਏ। ਤੈਨੂੰ ਰੱਬ ਨੇ ਚੰਗੇ ਭਲੇ ਬੁੱਲ ਦਿੱਤੀ ਹੈ ਕੀ ਤੂੰ ਡਿਜ਼ਾਈਨ ਪਾਣੇ ਸਿੱਖ ਲਈ ਲਿਪਸਟਿਕ ਨਾਲ ਉੱਤੋਂ ਦੀ ਹੋਰ। ਜਾਂ ਕਈਆਂ ਕਈ ਕੁੜੀਆਂ ਦੀ ਹੱਤ ਹੁੰਦੀ ਹੈ ਉਹਨਾਂ ਦੇ ਬੁੱਲ ਛੋਟਾ ਹੋਵੇ ਨਾ ਜਾਣ ਕੇ ਇੱਥੇ ਉੱਤੇ ਮਾਰ ਲੈਣੀਆਂ। ਇੱਥੇ ਮਾਰ ਲੈਣੀਆਂ ਲਿਪਸਟਿਕ ਜਾਣ ਕੇ ਵੱਡਾ ਬਣਾ ਆ ਬਚਰਮ ਜੀ ਹਾਂ ਪਹਿਲਾਂ ਇਹਦੇ ਨਾਲ ਮੇਰਾ ਪੇਚਾ ਆਉ ਖਿੰਚ ਕੇ ਨੇ ਮਾਰੀ ਫਿਰ ਠੀਕ ਆ ਜੋ ਵੀ ਸੀ ਉਹ ਮੁੱਦਾ ਤਾਂ ਹੋ ਗਿਆ ਪਰ ਇੰਨੇ ਹੁਣ ਜਾਣ ਬੁੱਝ ਕੇ ਖੜਾ ਕੀਤਾ ਸਭ ਨੂੰ ਪਤਾ ਹੈ ਨਾ ਕਿ ਇੰਨੇ ਹੁਣ ਹਾਂ ਪਤਾ ਪਤਾ ਕਿਹੜੀ ਗੱਲ ਤੋਂ ਕੀਤੀ ਆ ਸਿਰਫ ਕਿਉਂ ਵਾਲਾ ਤੂੰ ਕੀ ਕਰਦੀ ਪਈਆਂ ਕਿਉਂਕਿ ਬਾਵੀ ਨੂੰ ਕੋਈ ਕੰਟੈਕਟ ਨਹੀਂ ਲੱਭ ਰਿਆ ਸੀਗਾ ਗਾਗ ਤਾਂ ਤੇਰੇ ਕੋਲੇ ਵੀ ਮਹਿੰਦੀ ਵਾਲਾ ਹੈ ਨਹੀਂ ਆ ਮੈਂ ਚੋਟ ਨਾ ਮਾਰੀ ਦੰਦ ਕਿਉਂ ਕੱਢਦੀ ੰਨੀ ੰਨੀ ਦੇ ਵਿੱਚ ਹੀ ਹੱਸ ਫੰਦੀ ਏਲ ਹਾਂ ਬੋਂਗੀ ਜੀ ਲੈ ਮੇਰੇ ਸਾਰੇ ਪਿਛਲੇ ਵੀਡੀਓ ਦੇ ਕਮੈਂਟ ਦੇਖ ਸਕਦੇ ਹੋ ਲੋਕਾਂ ਨੇ ਕੀ ਕੀ ਇਹਨਾਂ ਨੂੰ ਕਮੈਂਟ ਇਹਨਾਂ ਨੂੰ ਦੇਣੇ ਠੀਕ ਆ ਉਹਦੇ ਵਿੱਚ ਆਈ ਹੋਊਗੀ ਜ਼ਿਆਦਾਤਰ ਮੈਨੂੰ ਕਮੈਂਟ ਇਹ ਹੀ ਸੀਗੇ ਕਿ ਮੈਂ ਕੋ ਮਤਲਬ ਇਹਨੂੰ ਕੰਟੈਂਟ ਚਾਹੀਦਾ ਤੂੰ ਇਹਦੇ ਨਾਲ ਪੈਰ ਨਾ ਕਰ ਪੰਗਾ ਨਾ ਕਰ ਠੀਕ ਆ ਪਰ ਬਾਵੀ ਨੂੰ ਮੈਂ ਪਹਿਲਾਂ ਤਾਂ ਦਿੱਤਾ ਸੀ ਛੱਡ ਪਰ ਇਹ ਹੁਣ ਬਾਵੀ ਜਾਣ ਕੇ ਬਕਵਾਸ ਕਰ ਰਹੀ ਆ ਤੁਹਾਨੂੰ ਪਤਾ ਲੈ ਹੁਣ ਵਾਲ ਅੱਗੇ ਲੈ ਜਾਂਦੀ ਜਾਣ ਕੇ ਕਿ ਮੈਂ ਐਡੀ ਖੱਚ ਖਰੀਦ ਆ ਨਾ ਇਹ ਜਾਣ ਕੇ ਨਾ ਵਾਲ ਅੱਗੇ ਲੈ ਜਾਂਦੀ ਐਂ ਕਰਕੇ ਹੌਲੀ ਹੌਲੀ ਕਰਕੇ ਵੀ ਮੋਢੇ ਤੇ ਮੇਰਾ ਵਾਲ ਗਾਂ ਆਜੇ ਫਿਰ ਮੈਂ ਪਿੱਛੇ ਵੀ ਕਰਨਾ ਨਾ ਸਟਾਈਲ ਮਾਰਨ ਤਦ ਤਚੰ ਉਹ ਆਈ ਐਨੀਵਰ ਸਾਈਡ ਦੇ ਵਿੱਚ ਵੀ ਦੱਸਣਾ ਯਾਰ ਇਹ ਨਕਲੀ ਐਕਟਰ ਮੈਂ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਨੀ ਆ ਕਿ ਬਾਵੀ ਨੂੰ ਯਾਰ ਬਿਲਕੁਲ ਵੀ ਸ਼ਰਮ ਨਹੀਂ ਆਉਂਦੀ ਤੇਨੂੰ ਕਿਹੜਾ ਕੀ ਆ ਕਿਉਂਕਿ ਇਹਨੂੰ ਨਾ ਤਾਂ ਕੋਈ ਰੋਕਣ ਵਾਲਾ ਹੈਗਾ ਨਾ ਤਾਂ ਇਹਦਾ ਕੋਈ ਹਸਬੈਂਡ ਮਤਲਬ ਇਹਨੂੰ ਰੋਕਣ ਵਾਲਾ ਹੈਗਾ ਨਾ ਇਹਦੀ ਕੋਈ ਸੱਸ ਨਾ ਕੋਈ ਮੈਨੂੰ ਨਹੀਂ ਲੱਗਦਾ ਇਹਦੇ ਪਰਿਵਾਰ ਵਿੱਚ ਕੋਈ ਕਿਸੇ ਦੀ ਮਨ ਨਾ ਨਾ ਜਮਣੀ ਐਨੀ ਗੱਲ ਤਾਂ ਮੈਂ ਵੀ ਸ਼ੋਰ ਆ ਮੈਨੂੰ ਵੀ ਕਿਸੇ ਨੇ ਆਖਿਆ ਸੀ ਕਿ ਬਾਵਾ ਬਾਕੀ ਬੇਅਗਲਾ ਹੈ ਬਾਵਾ ਬਾਵੀ ਦੇ ਥੱਲੇ ਲੱਗਿਆ ਆ ਜਮਾ ਬਾਬਾ ਦਾ ਥੰਗਦਾ ਨਹੀਂ ਬਾਵੀ ਮੂਰੇ ਜੋ ਕੁਛ ਜਿੰਨੇ ਕੁੱਤ ਕਲੇ ਸਾਜਦੇ ਟਾਈਮ ਤੇ ਜਿੰਨੇ ਹੁਣ ਤੱਕ ਪਏ ਹੈ ਨਾ ਇਹ ਬੋਲਾ ਬਾਲੀ ਜੋ ਕਰਦਾ ਸਿਰਫ ਬਾਵੀ ਕਰਾਂਦੀ ਹੈ ਬਾਵੇ ਕੋਲ ਬੋਲਦਾ ਰਿਪਲਾਈ ਕਰ ਸਭ ਬਾਵੀ ਤੁਸੀਂ ਲਾ ਲਓ ਇਹਦੇ ਜੋ ਬਾਵੀ ਨੂੰ ਆਪਣੀ ਬਦ ਕੀ ਬੋਲਣਾ ਮੈਂ ਹੂੰ ਕਿ ਆਣਾ ਪੌਂਕੀ ਜਾਣਾ ਠੀਕ ਮੇਰੇ ਕੰਨ ਦਾ ਮਤਲਬ ਹੈ ਇਹੀ ਆ ਕਿ ਜਦੋਂ ਇਹਦੇ ਨਾਲ ਮੇਰਾ ਪੰਗਾ ਪਿਆ ਸੀ ਇਹਨੇ ਮੇਰੀ ਵੀਡੀਓ ਕਿਉਂ ਕਰ ਦਿੱਤੀ ਹੁਣ ਇਥੇ ਕੌਣ ਗਲਤ ਕੌਣ ਸਹੀ ਆ ਤੁਹਾਨੂੰ ਸਭ ਨੂੰ ਪਤਾ ਹੈ ਨਾ ਕਿ ਹੁਣ ਉਹ ਜਦੋਂ ਮੁੱਦਾ ਸਾਰਾ ਸ਼ਾਂਤ ਹੋ ਗਿਆ ਪਹਿਲਾਂ ਵਾਲਾ ਇੰਨੇ ਹੁਣ ਜਾਣ ਬੁੱਝ ਕੇ ਮੇਰੇ ਨਾਲ ਪੰਗਾ ਕਿਉਂ ਲਿਆ ਕਿਹੜੀ ਗੱਲ ਤੋਂ ਲਿਆ ਬਾਈ ਅਸੀਂ ਐਡੀ ਉਹਨੂੰ ਪ੍ਰੋਬਲਮ ਸੀ ਕੀ ਕੋਈ ਹੁਣ ਤਾਂ ਆਪਦੀ ਲਵਾਈ ਗਏ ਕਿਹੜੀ ਗੱਲ ਤੋਂ ਅਸੀਂ ਨਹੀਂ ਹੁੰਦੀ ਕੋਈ ਆ ਜਦ ਐਨਕ ਹੁਣ ਤੇ ਆਪਦੀ ਬੇਇੱਜ਼ਤੀ ਕਰਾਈਏ ਕਹਿ ਲਵਾਈਏ ਕੀ ਡੰਡ ਲਵਾਈਏ ਮਤਲਬ ਨਹੀਂ ਤੇ ਤੂੰ ਇਹ ਕੀ ਮਤਲਬ ਹੋਇਆ ਤੂੰ ਨਹੀਂ ਚਾਹੁੰਦੀ ਵੀ ਤੇਰੀ ਹਰ ਕੋਈ ਬੇਇੱਜ਼ਤੀ ਕਰੇ ਕੋਈ ਵਿਰਲਾ ਵਿਰਲਾ ਬੰਦਾ ਬੇਇੱਜ਼ਤੀ ਕਰੇ ਐਂ ਤਾਂ ਤੂੰ ਚਾਹਣੀ ਆ ਹਮ ਇਹ ਬੈਠ ਗਈ ਹੈ ਰੋਸਟ ਕਰਨ ਇਹ ਕੀ ਦੁਨੀਆ ਨੂੰ ਮੈਸੇਜ ਦਊਗੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਯਾਰ ਇਹ ਬਾਲ ਤਾਂ ਪਿੱਛੇ ਹੀ ਹੁਣ ਕਿ ਹੁਣ ਚ ਮੂੰਹ ਚੱਕ ਕੇ ਮੈਂ ਫਿਰ ਮੈਂ ਇਹਦੀ ਵੀਡੀਓ ਮਤਲਬ ਪੂਰੀ ਦੇਖੀ ਉਹਦੇ ਵਿੱਚ ਕਹਿੰਦੀ ਪਈਆ ਕਿ ਮੈਂ ਆਪਣਾ ਕੰਟੈਂਟ ਚੇਂਜ ਕਰਤਾ ਪਹਿਲਾਂ ਮੈਂ ਕਹਿਣ ਲੱਗੀ ਸੀ ਵੀਡੀਓ ਦੇ ਵਿੱਚ ਕਿ ਆਪਣਾ ਆਪਣੇ ਰਿਲੇਟਿਡ ਇਹਨੂੰ ਚਾਹੀਦਾ ਆ ਵਲੌਗ ਬਣਾਉਣਾ ਚੱਲੇ ਨੇ ਕਿਹਾ ਵੀ ਮੈਂ ਆਪਣਾ ਕੰਟੈਂਟ ਜਾਂ ਤਾਂ ਆਪਣਾ ਕੰਟੈਂਟ ਕੇਂ ਜਾਂ ਕਰਤਾ ਭਾਵੀ ਤੇ ਮਹਿਕਪ੍ਰੀਤ ਤੁਹਾਨੂੰ ਦੋਨਾਂ ਨੂੰ ਆਖਦਾ ਐਨਾ ਲੜੋ ਰਿਪਲਾਈ ਕਰ ਕਰਕੇ ਬਹੁਤ ਔਖੇ ਨਿਰਮਾਣਚਿਕ ਬਣਾਏ ਰੋਜ਼ ਦਿਨ ਚ ਦੋ ਦੋ ਤੁਸੀਂ ਇੱਟਾ ਮਾਰੋ ਇੱਕ ਦੂਜੇ ਜਾ ਕੇ ਘਰੇ ਫੇਰ ਤੁਹਾਡਾ ਸਮਝ ਆਵੇਗਾ ਤੇ ਤੂੰ ਵੀ ਆਪਦੇ ਬੁੱਲ ਧੋ ਕੇ ਵੀਡੀਓ ਬਣਾਇਆ ਕਰ ਹੋਰ ਇਲਕਸ਼ਨ ਕੀ ਕਰਦੀ ਆਂਟੀ ਇਹ ਤੂੰ ਹੈੱਡਫੋਨ ਲਾ ਕੇ ਵੇਖੀ ਨਾ ਸਮਝ ਨਹੀਂ ਆਉਂਦੀ ਕੀ ਹੈ ਇਹ ਕੀ ਕਰਨਾ ਕੌਮ ਟਿਚਿੰਗ ਕਰ ਤਾਂ ਮੈਂ ਆਪਣਾ ਕਰ ਤਾਂ ਤੂੰ ਕੰਟੈਂਟ ਚੇਂਜ ਹੂੰ ਕਿਉਂਕਿ ਮੈਂ ਅੱਜ ਦੀ ਵੀਡੀਓ ਦੇਖੀ ਅੱਜ ਥੋੜੀ ਜੀ ਸ਼ਾਂਤ ਸੀ ਤਾਂ ਆਪਾਂ ਉਦੋਂ ਹੀ ਰਿਪਲਾਈ ਦਿੱਤਾ ਯਾਰ ਇਹ ਜੇ ਮੈਂ ਮੇਰਾ ਰਿਪਲਾਈ ਦਊਗੀ ਨਾ ਹੁਣ ਤੱਕ ਨਾ ਮੈਨੇ ਨਹੀਂ ਮਤਲਬ ਭਾਲਦੀਆਂ ਤੂੰ ਵੀ ਕੰਟੈਂਟ ਤੂੰ ਵੀ ਚੰਨੀ ਐ ਮੈਂ ਵੀ ਬੇਸ਼ਰਮ ਹਾਂ ਕਾਮਨ ਸੈਂਸ ਆ ਨਾ ਤੂੰ ਇਹ ਕਹਿੰਦੀ ਸੀ ਮੈਂ ਨਹੀਂ ਮੈਨੂੰ ਡਰੈਸ ਚਾਹੀਦਾ ਇਹਦਾ ਮੈਂ ਸਿੱਧਾ ਗੱਲ ਹੀ ਨਿਬੇੜਨੀ ਚੱਕੋਂ ਨਿਬੇੜਨੀ ਐ ਇਹਦੀ ਮੈਂ ਰੋਚ ਚੱਲ ਨਹੀਂ ਜਾਣਾ ਤਾਂ ਲੁਧਿਆਣੇ ਤੂੰ ਫੇਰ ਬੱਸ ਸਟੈਂਡ ਜਾਏਗੀ ਮੈਂ ਨਹੀਂ ਜਾਂਦੇ ਨਾ ਉੱਥੇ 12 ਵਾ ਬੱਸ ਨੇ ਵੜਿੰਦੀ ਲੁਧਿਆਣੇ ਵਾਲੀ ਨਹੀਂ ਜਾਣਾ ਦੇ ਮੇਰੇ ਵੀ ਕੰਟੈਂਟ ਬਣੀਆਂ ਇਹ ਆ ਚਲੋ ਕੋਈ ਗੱਲ ਨਹੀਂ ਬਾਵੀਏ ਕਰ ਹੁਣ ਤੂੰ ਪਹਿਲ ਰੱਜ ਤੋ ਇੱਥੋਂ ਕੀ ਪਤਾ ਲੱਗਦਾ ਤੀ ਦੱਸੋ ਬਾਵੀ ਰਿਪਲਾਈ ਕਰਦੀ ਐ ਬਾਵੀ ਵੀਡੀਓ ਬਣਾਉਂਦੀ ਐ ਮਹਿਕਪ੍ਰੀਤ ਵੀ ਵੀਡੀਓ ਬਣਾਉਂਦੀ ਐ ਕੁਝ ਕਰਦੀ ਐ ਨਾ ਇੱਥੋਂ ਕੀ ਸਿੱਧ ਹੁੰਦਾ ਜਾਂ ਤਾਂ ਮਹਿਕਪ੍ਰੀਤ ਦੇ ਕੰਮ ਦਾ ਮੰਦਾ ਜਾਂ ਹਾਲੇ ਵਿਆਹ ਸ਼ਾਦੀਆਂ ਚੰਗੀ ਤਰ੍ਹਾਂ ਸ਼ੁਰੂ ਨਹੀਂ ਹੋਏ ਕਿ ਪਾ ਤਾਂ ਮਹਿੰਦੀ ਵਾਲੀ ਲੈਂਦੀਆਂ ਪਈਆਂ ਪਰ ਆਂਦਾ ਨਹੀਂ ਗਾ ਕੋਈ ਠੀਕਾ ਚਲੋ ਕਿਉਂਕਿ ਇਨੀ ਵੀਡੀਓ ਦੇ ਵਿੱਚ ਫਿਰ ਇਹ ਵੀ ਕਿਹਾ ਕਿ ਮੈਂ ਇਹਨੂੰ ਕੋਈ ਮਹਿਕ ਨੂੰ ਗੱਲ ਲੱਗੀ ਮੈਂ ਸਿਰਫ ਮੇਰਾ ਕੰਮ ਆ ਰੋਸਟ ਕਰਨ ਦਾ ਤੇ ਮੈਂ ਆਪਣਾ ਜੋ ਵੀ ਹੈ ਰੋਸਟ ਚ ਇਹਨੂੰ ਸਮਝਾ ਰਹੀ ਹਾਂ ਹੁਣ ਮੇਰਾ ਕੰਟੈਂਟ ਚੇਂਜ ਹੋ ਗਿਆ ਮੈਂ ਹੁਣ ਆਪਣਾ ਲੋਕਾਂ ਨੂੰ ਸਮਝਾਉਣਾ ਕਰਨਾ ਕੀ ਇਹ ਦੁਨੀਆ ਨੂੰ ਸਮਝਾਉਣੀ ਨਹੀਂ ਮੈਨੂੰ ਪਹਿਲਾਂ ਤੁਸੀਂ ਐਂ ਦੱਸੋ ਕਿ ਇਹ ਜਿਹੜੇ ਰੋਸਟ ਕਰਨ ਵਾਲੇ ਅੱਛਾ ਇਹ ਦੁਨੀਆ ਨੂੰ ਕੀ ਮੈਸੇਜ ਦੇਣਗੇ ਤੇ ਤੂੰ ਕੀ ਦਿੱਤਾ ਹੁਣ ਤੱਕ ਅੰਨੀ ਦੀਏ ਠੀਕ ਆ ਨਾ ਜੇ ਅਸੀਂ ਰੋਸਟ ਕਰਦੇ ਹਾਂ ਅਸੀਂ ਗੱਲਾਂ ਵੀ ਕਰਦੇ ਹਾਂ ਤੇਰੀ ਮੰਮੀ ਐਵੇਂ ਤਾਂ ਨਹੀਂ ਹੈੱਡਫੋਨ ਲਾ ਕੇ ਵੇਖਦੀ ਵੀਡੀਓ ਸਾਡੀ ਤੇਰੀ ਮੰਮੀ ਨੂੰ ਪਤਾ ਹੈ ਵੀ ਇੱਕ ਛੋਟੀ ਜ਼ਿੰਦਗੀ ਕਿ ਨਾਲੋਂ ਗੋਪੀ ਬਹੁਨ ਨਾਲ ਜ਼ਿਆਦਾ ਚੰਗਾ ਇਹਨਾਂ ਦਾ ਰੋਮਾਂਟਿਕ ਵੇਖੋ ਯਾ ਕਿਸਾ ਨੂੰ ਕੁਛ ਸਿੱਖਣ ਨੂੰ ਮਿਲੂਗਾ ਮੰਦੀਆਂ ਗੱਲਾਂ ਤੋਂ ਨਹੀਂ ਤਾਂ ਮੰਮੀ ਨੂੰ ਮੰਮੀ 10 ਮਿੰਟ ਦੀ ਚੁੱਪ ਕਰਕੇ ਬਹਿ ਜਾਓ ਵੀਡੀਓ ਦੇ ਵਿੱਚ ਹੀ ਰਿੰਪਲ ਦੀ ਵੀਡੀਓ ਵੇ ਆ ਗਈ ਧਿਆਨ ਦਾ ਮੰਮੀ ਜੀ ਕਿ ਮੰਮੀ ਨੂੰ ਦੂਜਿਆਂ ਦੀ ਬੇਇੱਜ਼ਤੀ ਵੇਖਣ ਦਾ ਪਸੰਦ ਆ ਆਂਟੀਆਂ ਨੂੰ ਸਮਝਾਓ ਇਹ ਵਾਕਈ ਬੋਗਾ ਬਾਬੀ ਨੇ ਲੱਗਦੀ ਲੱਗਦੀ ਸਾਰਾ ਨਾ ਪੰਗਾ ਲਈ ਜਾਂਦੀ ਹੈ ਫਿਰ ਸਾਰਿਆਂ ਨੂੰ ਗਾਲਾਂ ਖਾਊਗੀ ਰੋਸਟ ਕਰਨ ਲਈ ਹਾਂ ਬਾਬੀ ਆਪਣਾ ਤੂੰ ਰੋਸਟ ਕਰਨ ਦਾ ਬੈਠ ਗਈ ਆ ਤੈਨੂੰ ਮੈਂ ਇੱਕ ਗੱਲ ਦੱਸਾਂ ਮੇਰੇ ਤੋਂ ਤੂੰ ਇੰਨੀ ਵੱਡੀ ਆ ਮੈਂ ਤੇਰੇ ਤੋਂ ਛੋਟੀ ਆ ਠੀਕ ਆ ਫੇਰੇ ਇਥੇ ਕਹੇਗੀ ਹਣਜੀ ਛੋਟੀਆਂ ਛੋਟੀ ਬਣਦੀਆਂ ਸਾਡੇ ਮਾਪਿਆਂ ਨੇ ਇਹ ਚੀਜ਼ ਨਹੀਂ ਸਖਾਈ ਵੀ ਜਦੋਂ ਨਜਾਇਜ਼ ਕੋਈ ਬੋਲ ਰਿਹਾ ਤੁਹਾਨੂੰ ਤੇ ਉੱਥੇ ਸੁਣਨਾ ਠੀਕ ਹੈ ਨਾ ਚਲ ਸੁਣਾ ਕੇ ਆਈਏ ਤਾਂ ਹੀ ਭੱਜਿਆ ਇਹ ਸਖਾਈ ਹੈ ਕਿ ਜਿੱਥੇ ਤੁਹਾਨੂੰ ਨਜਾਇਜ਼ ਬੋਲੇ ਜਾ ਰਿਹਾ ਉੱਥੇ ਰਿਪਲਾਈ ਦੋ ਹਾਂ ਇਹਦਾ ਮਤਲਬ ਇਹ ਹੈ ਕਿ ਜਦੋਂ ਇਹਦਾ ਵਿਆਹ ਹੋਇਆ ਸੀਗਾ ਤੇ ਇਹਦੇ ਘਰ ਵਾਲਿਆਂ ਨੂੰ ਬੋਲਦਾ ਸੀਗਾ ਤੇ ਇਹ ਉੱਥੇ ਰਿਪਲਾਈ ਦੇ ਕੇ ਆਈ ਦੇ ਨਾਲੇ ਫਿਰ ਆਪਦੇ ਘਰੇ ਆ ਗਈ ਮੰਮੀ ਬੋਬੀ ਦੇ ਵਾਲੀ ਸੋਹਣੇ ਕਰਨਾ ਨਹੀਂ ਹੈ ਮੈਂ ਚਲੋ ਨੱਚਾਈ ਤੇ ਉੱਪਰ ਜਾ ਕੇ ਹੁਣ ਮੈਂ ਤੇਰਾ ਕੀ ਮਤਲਬ ਸੀ ਮੇਰੀ ਵੀਡੀਓ ਚੱਕਣ ਦਾ ਹ ਲੈ ਜਲੂਸ ਕਢਵਾਈ ਜੰਨੀ ਆ ਮੇਰੇ ਤੋਂ ਤੂੰ ਹਾਂ ਕੌਣ ਬੋਲੀਂਦਾ ਪਿੱਛੇ ਬੱਸ ਕਰ ਹੁਣ ਹ ਲੈ ਜਲੂਸ ਕਢਵਾਈ ਜੰਨੀ ਆ ਮੇਰੇ ਤੋਂ ਤੂੰ ਜਿਵੇਂ ਰਿੰਪਲ ਮੇਰੇ ਬੁੱਲਾਂ ਦੇ ਕੱਢਦਾ ਹਾਂ ਮੈਂ ਤੇਰਾ ਨਿਕਲੀ ਜਾਂਦਾ ਜਲੂਸ ਹ ਲੈ ਮੋਂਜੋ ਕਰ ਲਓ ਪਹਿਲਾਂ ਦਾ ਗੰਦਾ ਬੈਂਕ ਸਭ ਤੋਂ ਪੈਸੇ ਹੀ ਫਸ ਜਾਂਦੇ ਸੀ ਚਲੋ ਅਹੀ ਇਹੋ ਜਿਹਾ ਕੋਈ ਚੰਦ ਨਹੀਂ ਚੜਿਆ ਸੀ ਇਹੋ ਜਿਹਾ ਸਾਰੀ ਦੁਨੀਆ ਨੂੰ ਪਤਾ ਤੁਸੀਂ ਇਹ ਤੋਂ ਪਹਿਲਾਂ ਕੀ ਚੰਦ ਚਾੜਿਆ ਸੀਗਾ ਆ ਕੀ ਤੁਹਾਨੂੰ ਪਤਾ ਨਹੀਂ ਦੱਸ ਭੁੱਲ ਗਿਆ ਸੀ ਦੱਸ ਤੋ ਜਿਹੜਾ ਜੋ ਹੋਇਆ ਸੀ ਉਹ ਖੋਲਣ ਦਾ ਉਹ ਉਹਦੇ ਰਿਲੇਟਿਡ ਬੋਲਣ ਦਾ ਕੋਈ ਤੇਰਾ ਹੱਕ ਨਹੀਂ ਹੈਗਾ ਤੇ ਜੇ ਹੁਣ ਭਾਵੇਂ ਮੈਂ ਤੈਨੂੰ ਪਹਿਲਾਂ ਕਹਿ ਰਹੀ ਆ ਮੈਂ ਤੈਨੂੰ ਹਜੇ ਵੀ ਬਹੁਤ ਪਿਆਰ ਦੇ ਨਾਲ ਕਹਿ ਰਹੀ ਆ ਕਿ ਇਹ ਨਹੀਂ ਹੋਣੇ ਕੰਮ ਉਹ ਬਹੁਤ ਦਾ ਗਿਆਨ ਆ ਹਾਂ ਤੇਰੇ ਲਈ ਤੇ ਤੇਰੀ ਫੈਮਿਲੀ ਲਈ ਬਹੁਤ ਨੁਕਸਾਨਦਾਇਕ ਹੋਣਾ ਹਾਂ ਇਹਨੇ ਗੋਲਡੀ ਬਰਾੜ ਦਾ ਫੋਨ ਕਰਾ ਦੇਣਾ ਤੁਹਾਨੂੰ ਭਾਵੇਂ ਮੈਨੂੰ ਪਤਾ ਜਾਂ ਤੁਹਾਨੂੰ ਬੋ ਵੀ ਫੋਨ ਨੁਕਸਾਨਦੈਕ ਹੋਣਾ ਤੂੰ ਐਂ ਕਰ ਤੂੰ ਮੱਝ ਲੈ ਜਾ ਆਪਦੀ ਹਵੇਲੀ ਚ ਖੋਲ ਕਿਤੇ ਉਹਨਾਂ ਦੇ ਘਰੇ ਛੱਡ ਦੇ ਜਾ ਕੇ ਤੇ ਉਹਨਾਂ ਦੇ ਬੂਹਾ ਬਾਹਰੋਂ ਬੰਦ ਕਰਦੀ ਬਾਬੀ ਨੇ ਕਹਣਾ ਮੇਰਾ ਮੱਝ ਵਿੱਚ ਆਉਂਦੀ ਰਹੀ ਐ ਪਹਿਲਾਂ ਚਲੋ ਕਰਦਾ ਦੁੱਧ ਪੀਆ ਕਰਾਂਗੇ ਨਹੀਂ ਨੁਕਸਾਨਦੈਕ ਕੀ ਹੋਣਾ ਮਤਲਬ ਕੁਛ ਤਾਂ ਤੂੰ ਕਰੇਂਗੀ ਓਬਵੀਸਲੀ ਗੱਲ ਐ ਕਿ ਬਸਟੈਂਡ ਤੋਂ ਬਸ ਭੇਜ ਦੇਂ ਖਾਲੀ ਜਾ ਕੇ ਉਹਨਾਂ ਦੇ ਘਰੇ ਮਾਰੋ ਕੋਈ ਤਾਂ ਦਿੱਕਤ ਹੋਊਗੀ ਆਪਦੇ ਨੂੰ ਫੋਨ ਕਰਦੇ ਉਹਨਾਂ ਕਹ ਜਹਾ ਜਾ ਕੇ ਗੋਲੀ ਮਾਰਿਆ ਉਹਨਾਂ ਕਿ ਮੇਰਾ ਨਾ ਸੌਂ ਲੱਗੇ ਮੇਰਾ ਦਿਲ ਬਿਲਕੁਲ ਨਹੀਂ ਯਾਰ ਪਬਲਿਕ ਦੇਖ ਰਹੀ ਆ ਹਨਾ ਮੇਰਾ ਬਿਲਕੁਲ ਮੇਲ ਨਹੀਂ ਕਰ ਰਿਹਾ ਯਾਰ ਨੈਟ ਤੇ ਮੈਂ ਬਕਵਾਸ ਕਰਾਂ ਨੈਟ ਤੇ ਮੈਂ ਭੋਂਕਾ ਹੁਣ ਸਭ ਨੂੰ ਪਤਾ ਹੈ ਕਿ ਤੇ ਅੰਨੀ ਦੀਏ ਹੋਰ ਕੀ ਕਰੀ ਜਿੰਦੀ ਹੁਣ ਭੋਂਕੀ ਜੰਨੀ ਆ ਦੋ ਤੇ ਤਰੀ ਵੀਡੀਓ ਆ ਗਈਆਂ ਕੱਲ ਫੇਰ ਰਿਪਲਾਈ ਕਰਨਾ ਫੇਰ ਤੇ ਤੀਜੀ ਆਏਣੀ ਐ ਨਾਲੇ ਤੋ ਕਹਨੀ ਐ ਜਿਹੋ ਜੀ ਇਹ ਰਿਪਲਾਈ ਕਰੂਗੀ ਉਹੋ ਜੇ ਮੈਂ ਕਰੂਗੀ ਨਾਲੇ ਤੋ ਆਖ ਨਹੀਂ ਮੇਰਾ ਨੈਟ ਤੇ ਭੋਂਕ ਨੂੰ ਜੀ ਨਹੀਂ ਕਰਦਾ ਇੱਕ ਮਿੰਟ ਰੁਕ ਸਿੱਧੀ ਮਾਰਾਂ ਤੇਰੇ ਮੂੰਹ ਤੇ ਇਨਾ ਕੰਦੀਆਂ ਇਹ ਦੋਨੇ ਡੱਡੂ ਜੀਆਂ ਹੂੰ ਬੁੱਲ ਵਿੱਕ ਡੇ ਕਿ ਤਨੀ ਦੀ ਨੇ ਆਵੀ ਨੇ ਮੇਰੇ ਨਾਲ ਸ਼ੈਡਾਂ ਤੋਂ ਵੀ ਵੱਡੇ ਹੂੰ ਮੂੰਹ ਚੱਕ ਕੇ ਆ ਗਈ ਵਿਊਆਂ ਦੀ ਖਾਤਰ ਵਿਊਆਂ ਲਈ ਹੋਰ ਵੀ ਬਹੁਤ ਤਰੀਕੇ ਹੁੰਦੇ ਆ ਜੇ ਤੈਨੂੰ ਵਿਊ ਹੀ ਚਾਹੀਦੀ ਆ ਨਾ ਕਰ ਲਾ ਉਹ ਫਿਰ ਕੀ ਕਰ ਲਾ ਮੈਂ ਬਸ ਯਾਰ ਇਹੀ ਚਾਹਨੀ ਆ ਕਿ ਮੇਰੀਆਂ ਕੋਈ ਵੀ ਵੀਡੀਓ ਨਾ ਚੱਕੇ ਕਰ ਲੈ ਕੰਮ ਐਦਾਂ ਹੀ ਵੱਡਾ ਬੁੱਲਰ ਪੀਜਾ ਬਣ ਜਾ ਜਾ ਕੇ ਤੁਸੀਂ ਲਾ ਲਓ ਐਡੇ ਬੇਸ਼ਰਮ ਹੋ ਗਏ ਯਾਰ ਦੋਨੇ ਜਣੇ ਇਹ ਕੀ ਕਰਨ ਨਹੀਂ ਪਾਣੀ ਕਿਰਾਬ ਲੋਪੀ ਤਾਂ ਐ ਨਾ ਇਹ ਗੱਲ ਹੁਣ ਵੱਧਨੀ ਆ ਇਹ ਹੁਣ ਘਟਨੀ ਆ ਅੱਜ ਦਾ ਮੇਰਾ ਵਲੌਗ ਸੀ ਕਿਸੇ ਹੋਰ ਦੇ ਨਾਲ ਮਤਲਬ ਤੁਸੀਂ ਲਾ ਲਓ ਆਪਣਾ ਆਪਾਂ ਗਏ ਸੀ ਇੱਥੇ ਰਿਸ਼ਤੇਦਾਰੀ ਚਾਹੀਦੀ ਆ ਕਾਫੀ ਆਪਣਾ ਬਹੁਤ ਵਧੀਆ ਬਣਿਆ ਵਲੌਗ ਹੈ ਮੈਨੂੰ ਕਰਨਾ ਸੀ ਤੇ ਫੇਰ ਹੀ ਕਹਿੰਦੀ ਆ ਕਿ ਜਿਹੜੇ ਹੋਰ ਰੋਸਟ ਕਰਦੇ ਉਹਨਾਂ ਦੀ ਐਡਰੈਸ ਨਹੀਂ ਇਹ ਲੱਭਦੇ ਦੀ ਇਹਨੂੰ ਮੇਰੇ ਹੀ ਐਡਰੈਸ ਚਾਹੀਦਾ ਸਿਰਫ ਤੇਰੇ ਹੀ ਐਡਰੈਸ ਚ ਮੈਨੂੰ ਲੱਗ ਮੈਨੂੰ ਲੱਗਿਆ ਕਿ ਸਾਡੇ ਐਡਰੈਸ ਲੱਭਦੀ ਹੈ ਮੈਂ ਖਪਰੀ ਤੇ ਮੈਂ ਤਾਂ ਤੁਹਾਡੇ ਘਰ ਦੇ ਨੇੜੇ ਰਹਿਣਾ ਤੈਨੂੰ ਪਤਾ? ਨੈਵਰ। ਪੁਰਾਣੇ ਵਿੱਚ ਕੁਝ ਨਹੀਂ ਕਹਿਣਾ। ਹੋਰਾਂ ਦੇ ਫਿਰ ਬੇਜਾਈ ਹੁੰਦੀ ਨਾ ਤਾਂ ਨਹੀਂ ਕੁਝ ਕਹਿਣਾ। ਜਿਹੜੀ ਲੈਂਗੁਏਜ ਬੋਲਣੀ ਹੈ। ਅੱਛਾ। ਹੁਣ ਸਾਰੀ ਪੜਾਅਸ ਨਹੀਂ ਕਲੂ ਪਿਛਲੀ ਦੀ। ਹਮ। ਠੀਕ ਹੈ। ਠੀਕ ਆ। ਠੀਕ ਆ ਬੋਲ। ਤੇਰੀ ਅੰਗਰੇਜ਼ੀ ਕਮਜ਼ੋਰ ਹੋ ਜਾਂਦੀ ਹੈ। ਸੀ ਨਾ ਆਰਾਮ ਨਾਲ। ਹੁਣ ਮੈਂ ਵੀ ਆਰਾਮ ਨਾਲ ਹੀ ਬੋਲੂ। ਜੇ ਤੂੰ ਜ਼ਿਆਦਾ ਬਾਹਰ ਹੋਵੇਂਗੀ ਲਿਮਟ ਤੇ ਤੇ ਮੈਨੂੰ ਵੀ ਹੋਣਾ ਆਉਂਦਾ। ਅੱਲਾ। ਇੱਕ ਪਾਸੇ ਛੀਕਾ ਇੱਕ ਪਾਸੇ ਹੰਜੀ ਕੈਂਚੋ ਵਗ ਇੱਕ ਪਾਸੇ ਮੈਨੂੰ ਵੀ ਓ ਪਿੰਡਾਂ ਵਾਲੀ ਬੁੜੀ ਚੱਜਣਾ ਬੋਲਿਆ ਕਰ ਪਹਿਲਾਂ ਤੂੰ ਜਾਂ ਅੰਗਰੇਜ਼ੀ ਬੋਲ ਜਾਂ ਤੂੰ ਪੰਜਾਬੀ ਬੋਲਿਆ ਕਰ ਭੋਰਿਆ ਨਾ ਕਰ ਆ ਲੈ ਸਰਤਾਜ ਦੀ ਕਲਮ ਗਾਣੇ ਲਿਖਾ ਕਰ ਦਿਨ ਆ ਐਟਮ ਜੀ ਨਾ ਹੋਵੇ ਤਾਂ ਠੀਕ ਆ ਪਰ ਮੇਰਾ ਕੁਝ ਜਾਣਣਾ ਨਹੀਂ ਤੇਰਾ ਕੁਝ ਰਹਿਣਾ ਨਹੀਂ ਇਹ ਤੁਹਾਨੂੰ ਹਮੇਸ਼ਾ ਧਿਆਨ ਚ ਰੱਖੀ ਠੀਕ ਆ ਇੱਕ ਘੋੜਿਆਂ ਦੇ ਆਉਗੀ ਲੜਨ ਮੂਲ ਕੱਢ ਲੈ ਕੰਨਾਂ ਚੋਂ ਉਹ ਜਿਹੜਾ ਹਮਾਇੂ ਨਹੀਂ ਸੀ ਭਾਰਤ ਆਇਆ ਸੀ ਇਹ ਉਹਦੀ ਭੋਦੀ ਉਹਦੇ ਭੋਦੀ ਕੁੜੀ ਹੈ ਇਹ ਕਾਈਏ ਜਿਆਦਾ ਬੜਕਦੀ ਹੈ ਇਹਨੇ ਉਹਨਾਂ ਨੂੰ ਪੁਰਾਣੇ ਅਨਸਾਦ ਲੈਣਾ ਸਾਰਿਆਂ ਨੂੰ ਇਹਨੇ ਪੱਕਾ ਲੜਾਈ ਕਰਨੀ ਹੈ ਫਿਰ ਠੰਡ ਲੱਗਦੀ ਹੈ ਯਾਰ ਇਹਦਾ ਕਿਹਨਾਂ ਦੇ ਕਹਿੰਦਾ ਪਾਗਲਾਂ ਦਾ ਬੋਲੀ ਜਾਂਦੀ ਐਵੇਂ ਮੇਰੇ ਕੋਲ ਜਾਣਾ ਨਹੀਂ ਤੇਰਾ ਪਰ ਰਹਿਣਾ ਨਹੀਂ ਵਾਕਿਆ ਇਹਨੇ ਬਾਬਾ ਫਸਾ ਲੈਣਾ ਭਾਬੀ ਦਾ ਬਾਕੀ ਕੁਛ ਨਹੀਂ ਜਾਣਿਆ ਦਾ ਕੁਛ ਨਹੀਂ ਜਾਣਿਆ ਇਹਦਾ ਕੀ ਜਾਣਾ ਇਹਨੇ ਬਾਬੇ ਬਾਬੇ ਤੇਰਾ ਗੁਰਨਾਲ ਬਾਬੇ ਜੇ ਤੂੰ ਮੇਰਾ ਹਰਮਨਤ ਚ ਕਿ ਵੇਖਦਾ ਪਿਆ ਤੇਰਾ ਵਿਆਹ ਕਰਦੀ ਐ ਇਹਦੇ ਨਾਲ ਬੋਲ ਦੇ ਤੂੰ ਪ੍ਰੀਤ ਤੋਂ ਦੁਖੀ ਐ ਤੈਨੂੰ ਲੱਗਦਾ ਪ੍ਰੀਤ ਤੰਗ ਕਰਦੀ ਐ ਨਾ ਤੂੰ ਨਹੀਂ ਸੈਟੀਸਫਾਈ ਤੇਰਾ ਵਿਆਹ ਕਰਦੀ ਇਹਦੇ ਦਾ ਟੈਲੈਂਟ ਵੀ ਐ ਤਾਂ ਮੈਂਦੀ ਮੁੰਦੀ ਬਿਲਾ ਲੰਦੀ ਐ ਪ੍ਰੀਤ ਉਸ ਤੋਂ ਬਾਅਦ ਇਹਨੇ ਨਾ ਇੱਕ ਵੀਡੀਓ ਸੀਗੀ ਖੁਸ਼ ਹੋ ਕੇ ਰਹਿਣ ਦੱਸਦੀਆਂ ਸੌਣਪਰੀ ਵੇਖਿਆ ਹੁੰਦਾ ਇੱਕ ਨਹੀਂ ਆ ਵੀ ਜਿਹੜੇ ਮਾਈਂਡ ਕਰਦੇ ਆ ਮੁਸ਼ਕਪ੍ਰੀ ਤੇ ਇਦਾਂ ਬੋਲਦੀ ਆ ਮੈਨੂੰ ਅਖੇ ਕਹਿੰਦੀ ਆਪਣਾ ਵੀ ਜਿਹੜੇ ਮਾਈਂਡ ਕਰਦੇ ਆ ਜਦੋਂ ਮੈਂ ਉਹਨੂੰ ਮੋਸ਼ਕਪ੍ਰੀ ਤੇ ਬੋਲ ਗਿਆ ਕਿ ਉਹਦਾ ਨਾਮ ਹੀ ਮੈਕ ਸੀ ਤਾਂ ਮੁਸ਼ਕ ਚਲੋ ਕੋਈ ਟੈਂਸ਼ਨ ਨਹੀਂ ਮੈਨੂੰ ਪਰ ਮੈਂ ਸਾਰੀ ਪਬਲਿਕ ਜਿਹੜੀ ਵੀ ਮੇਰੀ ਵੀਡੀਓ ਦੇਖ ਰਹੀ ਹੈ ਮੈਂ ਸਾਰਿਆਂ ਨੂੰ ਦੱਸਾਂ ਕੋਈ ਗੱਲ ਨਹੀਂ ਇਹ ਬਾਵੀ ਨਹੀਂ ਆ ਇਹ ਚਸ਼ਮੇ ਸ਼ਾ ਐਨ ਇੱਕ ਬਾਅਦ ਆ ਠੀਕ ਆ ਮੈਨੂੰ ਮਾਈਂਡ ਲੱਗ ਕੋਈ ਚੱਜ ਦਾ ਨਾਮ ਲੈ ਲੈਂਦਾ ਈ ਇਦਾਂ ਚੰਗਾ ਗਾਣਾ ਤਾਂ ਉਦਾਂ ਹੀ ਖਾਣਦੀਆਂ ਲੋਕਾਂ ਕੋਲ ਉਹ ਐਨਕ ਬਾਜ ਆ ਹੋਰ ਕੁਝ ਬੋਲ ਚਾਹੀਦਾ ਹਸਾ ਨਹੀਂ ਆਇਆ ਇੱਥੇ ਬੇਇੱਜ਼ਤੀ ਕਰਨੀ ਆ ਉਹਦੀ ਹੈ ਹੀ ਐਨਕ ਬਾਜੀ ਯਾਰ ਹੁੰਦੇ ਐਨਕ ਲੱਗਿਆ ਇਹੋ ਜੇ ਵਰਡ ਤਾਂ ਨਰਸਰੀ ਜਿਹਾ ਅਗਨੀ ਵਰਤਦੇ ਆ ਅੱਜ ਦੇ ਟਾਈਮ 'ਚ ਬਾਬੀ ਤੂੰ ਜਿੱਦਾਂ ਰਿਪਲਾਈ ਕਰੇਂਗੀ ਤੇਰਾ ਹੁਣ ਉਦਾਂ ਹੀ ਰਿਪਲਾਈ ਆਉਣਾ ਹੂੰ ਠੀਕ ਆ ਅੱਜ ਦੀ ਵੀਡੀਓ ਵਿੱਚ ਮੇਰਾ ਤੈਨੂੰ ਇਹੀ ਮੈਸੇਜ ਆ ਕਿ ਹਜੇ ਵੀ ਤੂੰ ਟਿਕ ਜਾ ਅੱਛਾ ਕੋਈ ਗੱਲ ਬਾਹਰ ਜਾਣੀ ਆ ਕਿੱਥੇ ਠੀਕ ਆ ਤੇ ਤੇਰੇ ਲਈ ਬਹੁਤ ਚੰਗਾ ਹੋਊਗਾ ਕਿ ਜੇ ਤੂੰ ਆਪਣੀਆਂ ਜੋ ਵੀ ਆ ਲਿਮਟ ਵਿੱਚ ਰਹੇਂਗੀ ਠੀਕ ਆ ਜੇ ਹੁਣ ਤੂੰ ਆਪਣਾ ਕੰਟੈਂਟ ਚੇਂਜ ਕੀਤਾ ਜ਼ੁਬਾਨ ਸੰਭਾਲ ਕੇ ਲੋਕਾਂ ਨੂੰ ਬੋਲ ਕਿਉਂਕਿ ਇਹ ਗੱਲ ਹਮੇਸ਼ਾ ਤੂੰ ਯਾਦ ਰੱਖੇ ਕਿ ਤੇਰੇ ਕਰਕੇ ਓਏ ਹੋਏ ਹੋਏ ਦੁਨੀਆ ਚੇਂਜ ਕਦੇ ਨਹੀਂ ਹੋਣੀ ਤੂੰ ਤੇਰੇ ਕਰਕੇ ਦੁਨੀਆ ਚੇਂਜ ਕਦੇ ਨਹੀਂ ਹੋਣੀ ਤੂੰ ਪਹਿਲਾਂ ਬੁੱਲ ਚੇਂਜ ਕਰ ਆਵਦੇ ਬਾਕੀ ਗੱਲਾਂ ਬਾਅਦ ਚੋਂ ਪਹਿਲਾਂ ਇਹਦੇ ਬੋਲ ਪਤਾ ਕਿਵੇਂ ਆਇਆ ਕਰਕੇ ਹੁਣ ਕੀਤੇ ਗਾਇ ਦੁਨੀਆ ਕਰਕੇ ਚੇਂਜ ਹੋਏਗੀ ਹਾਂ ਹੋ ਤਾਂ ਗਈ ਮੈਂ ਅੱਗੇ ਨਾਲ ਚੱਲ ਰੰਗ ਟੰਗ ਵਿਖੇ ਮੈਂ ਇਹ ਚੇਂਜ ਹੋਈ ਉਹ ਤਾਂ ਕਰਤੇ ਨਾ ਵਧੀਆ ਗੱਲ ਆ ਹੋਣਾ ਚਾਹੀਦਾ ਅਕਲ ਆ ਗਈ ਆ 바ਵੀ ਨੂੰ ਤੈਨੂੰ ਕਦੋਂ ਆਊਗੀ 바ਵੀ ਵਧੀਆ ਗੱਲ ਆ ਸੁਧਰ ਜਾਹ ਜੇ ਵੀ ਸੁਧਰ ਜਾਣੀ ਠੀਕ ਆ ਆ ਖੜਕਾ ਕੌਣ ਕਰੀਦਾ ਨਹੀਂ ਦਾ ਤੇ ਬਾਕੀ ਅੱਜ ਦੀ ਛੋਟੀ ਜੀ ਵੀਡੀਓ ਵਿੱਚ ਨਹੀਂ ਸੀ ਅੱਜ ਬੱਸ ਬਾਕੀ ਬਹੁਤ ਸੋਹਣੇ ਸੋਹਣੇ ਕਮੈਂਟ ਕੀਤੇ ਸੀ ਹੁਣ ਮੈਂ ਪਰ ਬੇਜਾ ਬੇਜਾ ਪੜਨ ਵੀ ਲਈ ਹੈ ਤ ਵੈਸੇ ਵੀ ਚਲੋ ਇੰਨਾ ਵੀ ਨਹੀਂ ਆਪਾਂ ਹੁੰਦੇ ਠੀਕ ਆ ਪਰ ਮੈਨੂੰ ਇਹ ਮਜਬੂਰ ਨਾ ਕਰੇ ਹਾਂ ਅੱਲਾ ਹੁਣ ਜੇ ਇਹਨੇ ਪੰਗਾ ਜਾਣ ਕੇ ਪਹਿਲਾਂ ਪਹਿਲ ਕੀਤੀ ਆ ਨਾ ਬਾਵੀ ਮਜਬੂਰ ਨਾ ਕਰ ਅਗਲੀ ਨੇ ਗੱਡਾ ਸਾ ਚੱਕ ਲਿਆ ਜਾਂ ਕਾਪੀ ਕੋ ਚੱਕ ਲਈ ਟੰਬਾ ਕਾਪਾ ਚੱਕ ਲਿਆ ਤੇਰੇ ਮਾਰੂਗੀ ਉਹ ਫਿਰ ਤੂੰ ਕੀ ਕਰੇਂ ਬਾਬਾ ਭੱਜਾ ਫਿਰ ਉਹਨਾਂ ਦਾ ਸਿਰ ਲੈ ਕੇ ਪਟਿਆ ਮੈਂ ਵੀ ਨਹੀਂ ਗਾ ਹੈ ਬੇਸ਼ਰਮ ਕਿਥੇ ਥਾਂ ਦੀ ਕਿ ਹੁਣ ਜੇ ਤੂੰ ਬਾਅਦ ਵੀ ਨਾਲੇ ਕਰਨੀ ਮੇਰਾ ਕੁਝ ਜਾਣਾ ਨਹੀਂ ਤੇਰਾ ਕੁਝ ਰਹਿਣਾ ਨਹੀਂ ਪਹਿਲਾਂ ਤਾਂ ਤੂੰ ਆਪ ਦਾ ਸਟੈਪ ਸਮਝਾ ਚੱਕੇਂਗੀ ਕੀ ਗੁੱਤਾਂ ਦੇ ਡਿਜ਼ਾਈਨ ਪਾਉਣ ਲਈ ਤਾਂ ਨੰਨੇ ਰਿਪਲਾਈ ਆਇਆ ਆਪਾਂ ਕੋ ਵੀ ਫਿਰ ਉੱਦੋਂ ਦੀ ਕਰਨੀ ਹੈ ਬੇਸ਼ਰਮ ਫਿਰ ਤਾਂ ਤੂੰ ਜਮਾ ਤੇ ਚਲ ਜਿੱਦਾਂ ਦਾ ਕਮੈਂਟ ਕਰਨਾ ਨਾ ਕਰੋ ਤੁਸੀਂ ਹਰ ਇੱਕ ਦਾ ਰਿਪਲਾਈ ਮਿਲੂਗਾ ਕਮੈਂਟਾਂ ਦੇ ਵਿੱਚ ਕਿਹੜਾ ਕਹਿੰਡ ਕਹਿੰਡ ਕਮੈਂਟ ਕਰਨਾ ਮਿਲਦੇ ਆਂ ਨੈਕਸਟ ਕਹਿੰਡ ਜੀ ਵੀਡੀਓ ਦੇ ਵਿੱਚ ਰੱਬ ਹੀ ਜਾਣਦਾ ਐਦੂ ਐਦੂ ਬਾਅਦ ਹੁਣ ਵੀਡੀਓ ਕਿਹੜੀ ਆਉਣੀ ਓਏ ਹੋਏ 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 ਇਸ ਓਹ ਗਾਣਾ ਸੁਣਿਆ ਸੀ ਨਾ ਪਿਛੋ ਆ ਜਾ ਪੰਗਾ ਆ ਜਾ ਪਾਨ ਪਾਲ ਕਿਹੜਾ ਗਾਣਾ ਸੀਗਾ ਯਾਰ ਦਨਾਂ ਤੇ ਬਲੌਣ ਲੱਗਾ ਬੱਕਰੇ ਮਿੱਤਰਾਂ ਨੇ ਲੈਣੀ ਅੱਜ ਮੁੱਲ ਦੀ ਲੜਾਈ ਕੋਈ ਆਣ ਕੇ ਮਾਈ ਦਲਾਲ ਉਹ ਗਾਣੇ ਤੇਨੇ ਡਾਂਸ ਕਰਨਾ ਤਨਗਲੇ ਟੰਬੇ ਲੈ ਕੇ ਜਾਊਗੀ ਸਵਾਰ ਕੁਝ ਨਹੀਂ ਕਰਨੇ ਨੇ ਨਚਾਰ ਜੀ ਨੇ ਤਿਰਭੂਗੀ ਮੱਖਾ ਬੁਲਦੇ ਆ ਕੋਈ ਹੋਰ ਆਉਣ ਠੀਕ ਆ ਹਾਂ ਤਾਂ ਮਿਲਦੇ ਆ ਅੱਗੇ ਵੀਡੀਓ ਦੇ ਵਿੱਚ ਹਾਂ ਘੈਂਡ ਘੰਡ ਕਮੈਂਟ ਕਰਨਾ ਹਰ ਇੱਕ ਦਾ ਰਿਪਲਾਈ ਮਿਲੂਗਾ ਕਮੈਂਟ ਦੇ ਵਿੱਚ ਬਿਚਾ ਦਬ ਕੇ ਅੱਗੇ ਕਰ ਦਿਓ ਸ਼ੇਅਰ ਪਾਲੋ ਸਟੋਰੀਆਂ ਸਿੱਟ ਵੀਡੀਓ ਦਬ ਕੇ ਕਰਦੇ ਸ਼ੇਅਰ ਪਾ ਆਦੇ ਸਟੋਰੀਆਂ ਤੇ ਰੀਆਂ ਪਾਣੀਆਂ ਸਟੋਰੀਆਂ ਮੈਂ ਇੱਕ ਪ੍ਰੀਤ ਦੀ ਮੰਮੀ ਨੂੰ ਇੱਕ ਹੋਰ ਕੁਐਸਚਨ ਦਾ ਮੇਰਾ ਆਂਟੀ ਢਾਡੀ ਕੁੜੀ ਪਹਿਲਾਂ ਵਧੀਆ ਲਿਪਸਿੰਗ ਵਾਲੀ ਵੀਡੀਓ ਬਣਾਉਂਦੀ ਸੀ ਚਲ ਜੋ ਵੀ ਕਰਦੀ ਸੀ ਐ ਕਰਕੇ ਹਨਾ ਤੇ ਹੁਣ ਇਹਨੂੰ ਨੱਚਣ ਦਾ ਕੀ ਚਾ ਚੜਿਆ ਇਹ ਚਾਹਦੀ ਹੈ ਮੈਂ ਨੱਚਿਆ ਖਰਾ ਨੈਟ ਦੇ ਸੂਟ ਆ ਇੰਨੀ ਗਰਮ ਹੁਣ ਤਾਂ ਚਲ ਠੀਕ ਆ ਮੌਸਮ ਠੀਕ ਇੰਨੀ ਗਰਮੀ ਛਾਤਿਆ ਚੜ ਜੀ ਸੂਟ ਪਾ ਕੇ ਤਿਆਰ ਹੋ ਗਏ ਕੀ ਕਰਦੀ ਰਹਿਣੀ ਹੈ ਟੈਲੈਂਟ ਦਿਖਾਓ ਯਾਰ ਤੁਸੀਂ ਕੋਈ ਮੈਂ ਅਸੀਂ ਛੱਡੋ ਜਵਾਕਣ ਨੂੰ ਆਖੋ ਵਧੀਆ ਈ ਯਾਰ ਇਹ ਚੀਜ਼ ਚ ਫੀਚਰ ਚਲੋ ਮੈਨੂੰ ਲੱਗਦਾ ਕੰਨ ਲੱਗੀ ਮਿਲਦੇ ਆ ਯਾਰ ਬਾਪਟਰਨ ਕੋਲੇ ਆ ਗਈ ਮੈਂ ਚਲਦੇ ਆਪਾਂ ਬਾਬੀ ਘਰੇ ਦੇਖੋ ਤੁਹਾਡੇ ਹਿਸਾਬ ਨਾਲ ਕੌਣ ਗਲਤ ਹੈ ਦੋਨੇ ਗਲਤ ਹੈ ਇੱਕੋ ਖੂਦ ਡੱਡੂ ਵਾਲਾ ਹਿਸਾਬ ਹੈ ਤਾਂ ਇਹ ਰੇਤੇ ਜਿਹੜਾ ਡੱਡੂ ਐ ਸੋ ਮਹਿਕਪ੍ਰੀਤ ਫਿਰ ਵੀ ਆਪਦੀ ਥਾਂ ਮੈਨੂੰ ਸਹੀ ਲੱਗਦੀ ਹੈ ਦੰਦ ਨਾ ਕੱਢਾ ਉਦਾਂ ਆਏ ਤਾਂ ਫਿਰ ਬਾਬੀ ਵੀ ਸਹੀ ਹੈ ਸੋ ਜੋ ਵੀ ਹੈ ਤੁਹਾਡਾ ਯਾਰ ਨਬੇੜੋ ਜਲਦੀ ਏ ਟੋਟਾ ਚਲਾਓ ਸਿਰਚ ਜਾਂ ਮਾਰੋ ਕਲੇਸ਼ ਕੁੱਲੇ ਚ ਪਾਓ ਥਾਣੋਂ ਥਾਣੀ ਹੋਣਾ ਤਾਂ ਕੰਮ ਹੈ ਨਹੀਂ ਗਾ ਇਹ ਸੋ ਜਲਦੀ ਨਬੇੜੋ ਯਾਰ ਰਪਲਾਈ ਨਾ ਕਰਿਆ ਕਰੋ ਕਿਉਂਕਿ ਨਾ ਸਾਨੂੰ ਥੋੜੀ ਪ੍ਰੋਬਲਮ ਆਉਂਦੀ ਹੈ ਬ ਸੋ ਬਾਈਏ ਸਬਸਕ੍ਰਾਈਬ ਕਰਦੇ ਚੈਨਲ ਨੂੰ ਇੰਸਟਾਫਨ ਅਪਡੇਟਸ ਮੈਨੂੰ ਫੋਲੋ ਕਰ ਲਿਓ ਤੇ ਬਾਈ ਬਾਈ ਐਂਡ ਟੇਕ ਕੇਅਰ ਮਿਸਿਸ ਬਾਵੀ ਜਿਹੜੀ ਹੈਗੀ ਐਨ ਮੈਂ ਦੱਸ ਦੇਣਾ ਚਾਹਉਣੀ ਆ ਵਾਲ ਨਹੀਂ ਅਗੇ ਹੰਦੇ ਪੇ ਬਾਵੀ ਉਹ ਆਂਟੀ ਜੀ ਸਤਿ ਸ਼੍ਰੀ ਅਕਾਲ ਜੇਨ ਵਧੀਆ ਪਾਇਆ ਸੀ ਜੂੜੇ ਦਾ ਆਂਟੀ ਨੂੰ ਕਿੱਥੋਂ ਪਤਾ ਆਂਟੀ ਦਾ ਮੇਰੀ ਵੀਡੀਓ ਵੇਖਣ ਦੀ ਬੀ ਸੀ ਬਾਈ